ਇਹ ਹੈ ਜੀ ਮੰਡੀ ਗਿੱਦੜਵਾ ਦੀ ਸਬਜ਼ੀ ਮੰਡੀ, ਲੰਬੀ ਰੋਡ। ਦੇਖੋ ਕਿਸ ਤਰ੍ਹਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਕਿਸ ਤਰ੍ਹਾਂ ਇਸ ਸੜਕ 'ਤੇ ਟ੍ਰੈਫਿਕ ਜਾਮ ਰਹਿੰਦਾ ਹੈ। ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਲੋਕ ਸੜਕ 'ਤੇ ਕਬਜ਼ੇ ਕਰੀ ਬੈਠੇ ਨੇ। ਕਿਸੇ ਸਮੇਂ ਵੀ ਵਾਪਰ ਸਕਦਾ ਹੈ ਇੱਥੇ ਕੋਈ ਭਿਆਨਕ ਸੜਕ ਹਾਦਸਾ। ਕਿਸ ਤਰ੍ਹਾਂ ਲੋਕ ਆਪਣੇ ਵਹੀਕਲ ਖੜ੍ਹੇ ਕਰਕੇ ਰੇਹੜੀਆਂ ਵਾਲੇ ਨਜਾਇਜ਼ ਕਬਜ਼ੇ ਕਰਕੇ ਹਾਲੋ ਜੀ ਇਸ ਤਰ੍ਹਾਂ ਹੁੰਦਾ ਜੀ। ਇਸ ਗਲਤ ਤਰੀਕੇ ਨਾਲ ਖੜਾਏ ਜਾਂਦੇ ਨੇ ਵਹੀਕਲ, ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦਾ ਕੋਈ ਮੁਲਾਜ਼ਮ ਇੱਥੇ ਨਹੀਂ। ਕਿਸ ਤਰ੍ਹਾਂ ਲੋਕ ਚਿੱਪਾਂ ਗੱਡੀਆਂ ਆਪਣੀਆਂ ਪੇਟੋ ਰੇਹੜੀਆਂ ਕਿਸ ਤਰ੍ਹਾਂ ਓਵਰਟੇਕ ਕਰਕੇ ਲਗਾਈਆਂ ਗਈਆਂ। ਪੁਲਿਸ ਪ੍ਰਸ਼ਾਸਨ ਸਿਰਫ ਚਲਾਣ ਕੱਟਣ ਦਾ ਹੀ ਮਿਹਰਬਾਨ ਹੈ। ਆਹ ਦੇਖੋ ਨਜਾਇਜ਼ ਕੀਤੇ ਕਬਜ਼ੇ, ਇਸ ਸਮੇਂ ਵੀ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।